ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ। ਕਹਿੰਦੇ ਨੇ ਜਿਸ ਨੇ ਉਗਣਾ ਹੁੰਦਾ ਉਹ ਪੱਥਰਾਂ ਦਾ ਸੀਨਾ ਪਾੜ ਕੇ ਵੀ ਉਗ ਜਾਂਦੇ ਨੇ। ਇਹ ਵਾਕ ਬਿਲਕੁਲ ਮਾਛੀਵਾੜਾ ਯੂਥ ਕਲੱਬ ਉੱਪਰ 100% ਟੁਕਵਾਏ। ਇਸ ਯੂਥ ਕਲੱਬ ਨਾਲ ਜੁੜੇ ਹੋਏ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਲੱਗੇ ਹੋਏ ਨੇ। ਸ਼ਹਿਰ ਵਾਸੀ ਵੀ ਇਹਨਾਂ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਸ਼ਹਿਰ ਦੇ ਮੇਨ ਦੇ ਫੁੱਟਪਾਥਾਂ ਤੇ ਬੂਟੇ ਲਗਾ ਕੇ ਹਰਿਆ ਭਰਿਆ ਕੀਤਾ ਜਾ ਰਿਹਾ ਹੈ। ਇਸ ਕਲੱਬ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਬਿਲਕੁਲ ਘੱਟ ਹੈ। ਆਓ ਸੁਣਦੇ ਹਾਂ ਯੂਥ ਕਲੱਬ ਦੇ ਮੈਂਬਰਾਂ ਦਾ ਕੀ ਕਹਿਣਾ ਹੈ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੇਰਾ ਨਾਮ ਸੀਏ ਅਮਨਜੋਤ ਸਿੰਘ ਹੈ ਜੀ। ਅਸੀਂ ਇੱਕ ਨੌਜਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਕੰਮ ਅਸੀਂ ਸਰਕਾਰਾਂ 'ਤੇ ਛੱਡ ਦਿੰਦੇ ਹਾਂ ਵੀ ਸਰਕਾਰਾਂ ਕਰਨਗੀਆਂ, ਅਗਰ ਅਸੀਂ ਹਿੰਮਤ ਕਰੀਏ ਆਪਣੇ ਹੀ ਆਪਣੀਆਂ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮੁੰਡੇ ਜਿਵੇਂ ਅਸੀਂ ਕਲੱਬ ਬਣਾਇਆ, ਅਗਰ ਅਸੀਂ ਮਿਲ ਕੇ ਕੰਮ ਕਰੀਏ ਤਾਂ ਅਸੀਂ ਸਰਕਾਰਾਂ ਤੋਂ ਵੀ ਕੰਮ ਲੈ ਸਕਦੇ ਹਾਂ ਅਤੇ ਖੁਦ ਵੀ ਆਪਣਾ ਆਲਾ ਦੁਆਲਾ ਸਾਫ਼ ਰੱਖ ਸਕਦੇ ਹਾਂ। ਅਤੇ ਸਾਡਾ ਮੈਸੇਜ ਇਹੀ ਹੈ ਵੀ ਅਸੀਂ ਸਾਫ਼ ਸੁਥਰਾ ਸਾਰਾ ਕੁਛ ਰੱਖੀਏ, ਆਲੇ ਦੁਆਲੇ ਦੀ ਸਫਾਈ ਰੱਖੀਏ ਅਤੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਵਾਸਤੇ ਕਿਵੇਂ ਲੜਨਾ ਆ ਅਤੇ ਕਿਵੇਂ ਉਹਨਾਂ ਤੋਂ ਕੰਮ ਕਰਾਉਣੇ ਨੇ ਉਸ ਚੀਜ਼ ਲਈ ਸਾਰਿਆਂ ਨੂੰ ਅਵੇਅਰ ਕਰੀਏ। ਜਿਹੜੇ ਤੁਸੀਂ ਬੂਟੇ ਲਗਾਉਂਦੇ ਹੋ, ਪਾਮ ਵਗੈਰਾ ਦੇ ਬੂਟੇ ਲਗਾਏ ਆ, ਕੀ ਉਹ ਤੁਹਾਡੀ ਆਪਣੀ ਪੇਮੈਂਟ ਸੀ ਜਾਂ ਕਿਤੋਂ ਤੁਹਾਨੂੰ ਬਾਹਰੋਂ ਆ ਰਹੀ ਹੈ? ਇਹ ਸਰ ਸਾਡੇ ਕਲੱਬ ਦੇ ਮੈਂਬਰ ਜੀ ਨੇ ਜਿਨ੍ਹਾਂ ਨੇ, ਕਿਸੇ ਨੇ 200 ਪਾਇਆ, ਕਿਸੇ ਨੇ 500 ਪਾਇਆ ਅਤੇ ਕੁਛ ਸਾਡੇ ਵੀਰ ਵਿਦੇਸ਼ਾਂ ਵਿੱਚ ਵੀ ਨੇ ਜਿਹੜੇ ਕਿ ਇੱਥੇ ਹਾਜ਼ਰ ਨਹੀਂ ਹੋ ਸਕਦੇ ਸੇਵਾ ਦੇ ਵਿੱਚ, ਪਰ ਉਹ ਕੋਸ਼ਿਸ਼ ਕਰਦੇ ਆ ਵੀ ਕੁਛ ਨਾ ਕੁਛ ਫੰਡ ਉਹ ਕਲੱਬ ਨੂੰ ਦਿੰਦੇ ਨੇ ਤਾਂ ਕਿ ਅਸੀਂ ਸਮਾਜ ਦੀ, ਆਪਣੇ ਮਾਛੀਵਾੜੇ ਨੂੰ, ਇਸ ਧਰਤੀ ਨੂੰ ਖੂਬਸੂਰਤ ਬਣਾ ਸਕੀਏ। ਨਗਰ ਕੌਂਸਲ ਵੱਲੋਂ ਕੀ ਤੁਹਾਨੂੰ ਕੋਈ ਸਹਿਯੋਗ ਮਿਲ ਰਿਹਾ? ਸਹਿਯੋਗ ਤੁਸੀਂ ਐਵੇਂ ਲਾ ਲਓ ਸਰ, ਗੱਲਾਂ ਹੀ ਹੁੰਦੀਆਂ ਨੇ, ਸਾਨੂੰ ਜਾਂਦਿਆਂ ਨੂੰ ਮਨਾ ਤਾਂ ਨਹੀਂ ਕੁਛ ਕੋਈ ਕਰਦਾ ਹੈਗਾ ਵੀ ਅਸੀਂ ਤੁਹਾਨੂੰ ਮਨਾ ਕਰਦੇ ਹਾਂ ਡਾਇਰੈਕਟਲੀ, ਸਾਨੂੰ ਗੱਲਾਂ ਵਿੱਚ ਹੀ ਲਾ ਕੇ ਸਾਈਡ 'ਤੇ ਰੱਖ ਦਿੱਤਾ ਜਾਂਦਾ ਵਾ ਵੀ ਫਿਰ ਮੁੜ ਕੇ ਗੱਲਾਂ ਦੇ ਵਿੱਚ ਹੀ ਫਿਰ ਆਪ ਹੀ ਕਰਨਾ ਪੈਂਦਾ, ਸਾਨੂੰ ਕੋਈ ਜ਼ਿਆਦਾ ਸਹਿਯੋਗ ਨਹੀਂ ਮਿਲ ਰਿਹਾ। ਜਿਹੜੇ ਨੌਜਵਾਨ ਨਸ਼ੇ ਵੱਲ ਜਾ ਰਹੇ ਨੇ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਉਹਨਾਂ ਬਾਰੇ ਕੀ ਕਹਿਣਾ ਚਾਹੋ? ਸਾਡਾ ਮੇਨ ਮੋਟਿਵ ਇਹੀ ਹੈ ਜੀ, ਅਗਰ ਸੰਸਥਾਵਾਂ ਇਹੋ ਜਿਹੀਆਂ ਹੋਣਗੀਆਂ, ਅਗਰ ਲੋਕ ਚੰਗੀਆਂ ਸੰਗਤਾਂ 'ਚ ਪੈਣਗੇ ਤਾਂ ਉਹਨਾਂ ਨੂੰ ਮਾੜੇ ਪਾਸੇ ਜਾਣ ਦੀ ਲੋੜ ਹੀ ਨਹੀਂ ਪਊਗੀ। ਅਗਰ ਕੋਈ ਜਾਂਦਾ ਵੀ ਹੋਊਗਾ ਤਾਂ ਅਸੀਂ ਸਾਰੇ ਵੀਰ ਭਰਾ ਹੈਗੇ ਹਾਂ ਉਹਦੇ ਅਗੇਂਸਟ, ਮਤਲਬ ਉਸ ਨਸ਼ੇ ਵਾਲੇ ਬੰਦੇ ਦੇ ਅਗੇਂਸਟ ਖੜਾਂਗੇ ਤਾਂ ਇਹੋ ਜਿਹਾ ਕੋਈ ਕੰਮ ਹੋਣੇ ਨਹੀਂ ਦੇਵਾਂਗੇ। ਇਹ ਸੰਸਥਾਵਾਂ ਦਾ ਮੋਟਿਵ ਇਹੀ ਆ ਵੀ ਅਸੀਂ ਇੱਕ ਚੰਗੀ ਸੰਗਤ ਬਣਾਈਏ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਲੋਕਾਂ ਨੂੰ ਮੈਸੇਜ ਇਹੀ ਆ ਵੀ ਅੱਜ ਇਹ ਯੂਥ ਆ ਜਿਹੜਾ, ਇਹ ਬਹੁਤ ਕੁਝ ਕਰ ਸਕਦਾ। ਆਉਣ ਵਾਲੇ ਟਾਈਮ ਦੇ ਵਿੱਚ ਵੋਟਾਂ ਆ ਰਹੀਆਂ ਨੇ ਤਾਂ ਜੋ ਕੰਮ ਕਰਨੇ ਨੇ ਹੁਣ ਵੀ ਕਰਨੇ ਨੇ, ਬਾਅਦ ਵਿੱਚ ਵੀ ਕਰਨੇ ਆ, ਪਰ ਹੁਣ ਜ਼ੋਰ ਖਿੱਚੋ, ਇੱਕ ਆਪਣੀ ਐਜੂਕੇਸ਼ਨ 'ਤੇ ਧਿਆਨ ਦਿਓ, ਆਪਣੇ ਆਪ ਨੂੰ ਇੰਨਾ ਕੁ ਐਜੂਕੇਟ ਕਰੋ ਕਿ ਕੱਲ੍ਹ ਨੂੰ ਤੁਹਾਨੂੰ ਇਹ ਦਿੱਕਤ ਨਾ ਆਵੇ ਕੋਈ ਤੁਹਾਨੂੰ ਖਰੀਦ ਲਵੇ ਜਾਂ ਤੁਹਾਨੂੰ ਆਪਣੇ ਲਾਈਕ ਖਰਚਿਆਂ ਦੇ ਵਿੱਚ ਤੁਹਾਨੂੰ ਕਟੌਤੀ ਕਰਨੀ ਪਵੇ ਤਾਂ ਆਪਣੇ ਆਪ ਨੂੰ ਹੋਰ ਜ਼ਿਆਦਾ ਡਿਵੈਲਪ ਕਰਨ ਦੀ ਲੋੜ ਆ। ਅਤੇ ਨੌਜਵਾਨਾਂ ਨੂੰ ਇਹੀ ਸੁਨੇਹਾ ਵੀ ਸਾਡੇ ਨਾਲ ਵੀ ਜੁੜੋ, ਸਾਡਾ ਮਾਛੀਵਾੜੇ ਦੇ ਵਿੱਚ ਇੱਕ ਕਲੱਬ ਆ, ਯੂਥ ਕਲੱਬ ਸ਼੍ਰੀ ਮਾਛੀਵਾੜਾ ਸਾਹਿਬ, ਇਹਦਾ ਫੇਸਬੁੱਕ 'ਤੇ ਪੇਜ ਆ, ਸਾਨੂੰ ਫੋਲੋ ਕਰੋ। ਅਗਰ ਸਾਨੂੰ ਕੋਈ ਡੋਨੇਸ਼ਨ ਦੇਣਾ ਚਾਹੁੰਦਾ ਤਾਂ ਉਹ ਵੀ ਦੇ ਸਕਦਾ ਵਾ। ਅਤੇ ਮੈਂ ਸਾਰਿਆਂ ਦਾ ਧੰਨਵਾਦੀ ਕਰਦਾ, ਸਾਰੇ ਜਿਹੜੇ ਚੈਨਲਸ ਇੱਥੇ ਆਏ ਨੇ ਉਹਨਾਂ ਦਾ ਵੀ ਧੰਨਵਾਦੀ ਹਾਂ ਕਿ ਤੁਸੀਂ ਵੀ ਯੂਥ ਹੋ, ਤੁਸੀਂ ਯੂਥ ਨੂੰ ਹੀ ਡੋਨੇਟ ਉਹ ਕਰ ਰਹੇ ਹੋ, ਲਾਈਕ ਸਾਨੂੰ ਸਾਰਿਆਂ ਨੂੰ ਮੋਟੀਵੇਟ ਕਰ ਰਹੇ ਹੋ, ਤੁਸੀਂ ਵੀ ਯੂਥ ਦੇ ਵਿੱਚ ਹੀ ਆ ਜਾਂਦੇ ਹੋ ਤਾਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਮੁਖ ਸਿੰਘ ਜੀ, ਅਸੀਂ ਯੂਥ ਕਲੱਬ ਸ਼੍ਰੀ ਮਾਛੀਵਾੜਾ ਸਾਹਿਬ ਨੂੰ ਬਿਲੋਂਗ ਕਰਦੇ ਹਾਂ। ਇਹ ਗੱਲ ਇੱਦਾਂ ਜੀ, ਜਦੋਂ ਮਾਛੀਵਾੜਾ ਸਾਹਿਬ ਦੇ ਵਿੱਚ ਆਪਾਂ ਐਂਟਰੀ ਕਰਦੇ ਕਿਸੇ ਪਾਸਿਓਂ ਵੀ, ਬਹੁਤ ਜ਼ਿਆਦਾ ਵੀ ਗੰਦਗੀ, ਅਤੇ ਜਿਵੇਂ ਆਪਾਂ ਜਿਸੇ ਪਾਸੇ ਵੀ ਐਂਟਰੀ ਕਰਦੇ ਹਾਂ ਵੀ ਗੰਦਗੀ ਬਹੁਤ ਜ਼ਿਆਦਾ ਵਾ। ਅਤੇ ਅਸੀਂ ਮੁੰਡਿਆਂ ਨੇ ਸੋਚ ਕੇ ਇੱਕ ਕਲੱਬ ਬਣਾਇਆ ਵੀ ਇਤਿਹਾਸਕ ਨਗਰੀ ਆ, ਦੂਰੋਂ ਲੋਕ ਇੱਥੇ ਦਰਸ਼ਨ ਕਰਨ ਲਈ ਆਉਂਦੇ ਆ, ਪਰ ਬਿਲਕੁਲ ਸਫਾਈ ਨਹੀਂ ਹੈਗੀ, ਮਿਊਨਸਪੈਲਿਟੀ ਬਿਲਕੁਲ ਧਿਆਨ ਨਹੀਂ ਦੇ ਰਹੀ ਸਾਡੇ ਸ਼ਹਿਰ ਵੱਲ, ਗਰਾਊਂਡਾਂ ਦਾ ਹਾਲ ਦੇਖ ਲਓ, ਹਸਪਤਾਲਾਂ ਦਾ ਹਾਲ ਦੇਖੋ। ਸੋ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨ ਲਈ ਆਪਣਾ ਕਲੱਬ ਬਣਾਇਆ ਵੀ ਅਸੀਂ ਇੱਕ ਐਗਜ਼ਾਮਪਲ ਸੈੱਟ ਕਰੀਏ ਵੀ ਅਸੀਂ ਨੌਜਵਾਨ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਵੀ ਜੇ ਵਧੀਆ ਤਰੀਕੇ ਨਾਲ ਕੰਮ ਕਰਨਾ ਚਾਹੀਏ, ਆਪਣੇ ਸਮਾਜ ਨੂੰ ਸੁਧਾਰਨਾ ਚਾਹੀਏ ਤਾਂ ਕਿਵੇਂ ਸੁਧਾਰ ਸਕਦੇ ਹਾਂ। ਸੋ ਅਸੀਂ ਮੁੰਡਿਆਂ ਨੇ ਇਕੱਠੇ ਹੋ ਕੇ ਇੱਕ ਕਲੱਬ ਬਣਾਇਆ ਜਿਹਦਾ ਨਾਮ ਅਸੀਂ ਯੂਥ ਕਲੱਬ ਸ਼੍ਰੀ ਮਾਛੀਵਾੜਾ ਸਾਹਿਬ ਰੱਖਿਆ। ਅਤੇ ਅਸੀਂ ਦੋ ਦੋ ਚਾਰ ਚਾਰ ਸੌ ਰੁਪਏ ਇਕੱਠਾ ਕਰਕੇ ਰੋਜ਼ ਆਪਣੇ
काम करके शाम को वेले हो के अपने मछवर के खालसा चौंक में स्वागत बिल्कुल शिंगार रहे हैं, क्योंकि यह मछवर का सेंटर है जितों हर एक ने निकलना है। तो सारे जितने भी मछवर की एंट्री उसे पाम के बूटे भी लाए हैं ता जो मछवर साहब के कोई अंदर एंट्री करे तो वह गुरु साहब की नगरी वाल शीश झुके भी कितनी साफ सुथरी है। बल्कि ज़्यादा कि जी अपनी म्यूनसिपल कॉरपोरेशन हो गई या होर हो गई इन वाल ध्यान नहीं दिता जाता है। असी मछीवाड़ की हर समस्या लिए काम करते हैं, हस्पताल की हो जाए, ग्राउंड की हो जाए, सिक्ख्या हो जाए। हस्पताल में डॉक्टर की कमी से असी वो भी पूरे कराए हैं, ग्राउंड के सफाई नहीं होती। असी पहला सारा काम करने का तरीका की आ, पहला असी अपने मछीवाड़ साहब की मुनसिपल कमेटी संपर्क करते हैं भी मछीवाड़ साहब में यह दिक्कत आ, जो जे काम करते हैं तो ठीक है, जो नहीं काम करते तो असी वो दिक्कत को उदा नहीं रहन देंगे, क्योंकि साढ़े भरावान ने उत्थे खेडना, साढ़े सारे माँ बाप ने इतने आना जाना सारा कुछ करना वा। तो जे इतने उस चीज़ नहीं होंगी, जो सरकार नहीं करती काम, तो असी नौजवान इकट्ठे होकर वो काम कर देंगे ताकि मछीवाड़ साहब के निवासियों को कोई दिक्कत ना हो।